ओट पराद हमारे खंडो अनेक विधि समझावो हम अज्ञान अल्प मत थोरी तुम आपन बिरद रखाबो तुमरी शरण तुम्हारी आसा तुम ही सज्जन सुहेले राखो राखनहार दयाला नानक धर के बोले राखो राखनहार दयाला नानक धर के गुले परम सन्मान योग दीन दुनिया दे सतगुरु सर्वरे कायनात वालिए दोजहां समुची मानवता दे सांझे गुरु सिंघासन ते विराजमान तन तन सतगुरु श्री गुरु ग्रंथ साहिब सच्चे पातशाह जी महाराज तिन्हां दी रहमतां भरी पवित्र गोद अंदर सुभाईमान हजूर दी साजी अते निवाजी हुई पातशाह जी दा सुंदर स्वरूप गुरु खालसा साध संगत जीओ सतगुरु जी दी रब्बी रहमत दे महान पात्र हो हफ्तावारी इस दिन वेले दे पावन दीवान दियां हाजरियां पर अमृतमई गुरबाणी दे कीर्तन दे नाल जुड़ रहे सी इस हफ्ते दे इतिहासक दिहाड़े नूं मुख रखदियां होयां गुरु सवारिया को आप जी ने सुनिया है होला महला सिख हिजम दे अंदर धन गुरु गोबिंद सिंह महाराज सच्चे पातशाह ने ऐसा पुरब ऐसा त्योहार खालसे दी झोली पाया जिदा अर्थ है चढ़दी कला दा प्रतीक दो भाषावां दा ये लफ्ज है अरबी और फारसी होले दा अखरी अर्थ है हल्ला करना किसे दे उत्ते हल्ला बोलना तावा करना महल्ले दा अखरी अर्थ है ओ टिकाणा ओ थां जिस ते हल्ला कीता जाए भगती और शक्ति दा प्रतीक है होला महल्ला आओ इस इतिहासक दिहाड़े नूं जिस रहमत दे के सच्चा पख दे के गुरु कलगीधर महाराज ने निवाजिया पावन उन्हां दे पाए हुए पूर्णियां नूं इतिहास दे विच्चों संजीदगी नाल समझण दा यतन करिए गुरु चरणां दे नाल जुड़ के असीस दी दात बख्शिश करो दोनों हाथ जोड़ लवाओ हाजरी गुरु बख्शी फतेह परवान करो आखो जी वाहे गुरु जी का खालसा वाहे गुरु जी की फतेह अमृतमयी गुरबाणी दे अंदर हमेशा ही बाणीकारा ने इस गल नूं वार वार दृढ़ करवाया कि सिख एक वक्री कौम है ये कल्ले दुनियावी बोल नहीं
ਸਾਡੇ ਤਨ ਦਾ ਪੱਖ, ਸਾਡੇ ਮਨ ਦਾ ਪੱਖ, ਸਾਡੀ ਵਿਚਾਰਧਾਰਾ, ਸਾਡੇ ਜਜ਼ਬਾਤ, ਸਾਡੇ ਤਾਂ ਦੁਨੀਆਂ ਦਾ ਰਹਿਣ ਸਹਿਣ, ਮਹਾਰਾਜ ਨੇ ਹਰ ਇੱਕ ਪੱਖ ਵੱਖਰਿਆਂ ਰੱਖਿਆ। ਧੰਨ ਬਾਬਾ ਕਬੀਰ ਸਾਹਿਬ ਮਹਾਰਾਜ ਦਾ ਇਹ ਬਚਨ ਆ। ਹਜ਼ੂਰ ਕਹਿੰਦੇ ਨੇ, ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੁੱਲਾਂ ਛਾਡੇ ਦੋ। ਪੰਡਿਤ ਮੁੱਲਾਂ ਜੋ ਲਿਖਦੀ ਆ, ਛਾੜ ਚੱਲੇ ਹਮ ਕਛੂ ਨਾ ਲੀਏ। ਕਹਿੰਦੇ ਨੇ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਝਗੜਾ ਨਹੀਂ। ਕਾਰਨ ਇਹ, ਨਾ ਤੇ ਅਸੀਂ ਪੰਡਿਤ ਦਾ ਹਿੰਦੂ ਦਾ ਸਿਧਾਂਤ ਮੰਨਦੇ ਹਾਂ, ਨਾ ਅਸੀਂ ਮੁਸਲਮਾਨ ਦਾ ਸਿਧਾਂਤ ਮੰਨਦੇ। ਉਹਨਾਂ ਦੇ ਸਿਧਾਂਤ ਉਹਨਾਂ ਨੂੰ ਮੁਬਾਰਕ ਹੋਣ। ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੁੱਲਾਂ ਛਾਡੇ ਦੋ। ਪੰਡਿਤ ਮੁੱਲਾਂ ਜੋ ਲਿਖਦੀ ਆ, ਛਾੜ ਚੱਲੇ ਹਮ ਕਛੂ ਨਾ ਲੀਏ। ਧੰਨ ਬਾਬਾ ਨਾਮਦੇਵ ਸਾਹਿਬ ਮਹਾਰਾਜ ਬਚਨ ਝੋੜੀ ਪਾਏ। ਮਹਾਰਾਜ ਕਹਿੰਦੇ ਨੇ, ਹਿੰਦੂ ਪੂਜੈ ਦੇਹੋਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹ ਦੇਹੋਰਾ ਨਾ ਮਸੀਤ। ਇੱਕ ਬੰਦਾ ਮੰਦਰ ਦੇ ਵਿੱਚ ਰੱਬ ਦੀ ਗੱਲ ਕਰਦਾ ਔਰ ਇਹ ਕਹਿੰਦਾ ਵੀ ਖੁਦਾ ਰੱਬ ਸਿਰਫ ਮੰਦਰ ਵਿੱਚ ਆ। ਦੂਜੇ ਨੇ ਪੱਛਮ ਨੂੰ ਸਿਜਦਾ ਕਰਕੇ ਆਖਿਆ ਵੀ ਖੁਦਾ ਦਾ ਨੂਰ ਸਿਰਫ ਪੱਛਮ ਵਿੱਚ ਆ, ਹੋਰ ਕਿਤੇ ਨਹੀਂ। ਪਰ ਗੁਰੂ ਘਰ ਦਾ ਸਿਧਾਂਤ ਐਸਾ ਨਹੀਂ। ਇੱਥੇ ਸਰਬ ਸਾਂਝੀਵਾਲਤਾ ਦੀ ਮਾਲਕ ਨੇ ਗੱਲ ਕੀਤੀ। ਤੀਸਰਾ ਪੱਖ, ਅੰਮ੍ਰਿਤਮਈ ਬਾਣੀ ਦੇ ਨਾਲ ਨਾਲ ਸਤਿਗੁਰੂ ਨੇ ਇਹ ਵੀ ਗੱਲ ਕਹੀ, ਜਿਵੇਂ ਸਾਨੂੰ ਗੁਰਮੁਖੋ ਸਰੂਪ ਵੱਖਰਾ ਦਿੱਤਾ ਨਾ, ਸਾਡੇ ਅਸਥਾਨਾਂ ਦੀ ਮਰਿਆਦਾ ਵੱਖਰੀ ਬਖਸ਼ੀ, ਸਾਨੂੰ ਤਿਉਹਾਰ ਵੀ ਮਹਾਰਾਜ ਨੇ ਵੱਖਰੇ ਦਿੱਤੇ। ਉਹਨਾਂ ਦੇ ਵਿੱਚੋਂ ਇੱਕ ਪੱਖ ਜਿਹੜਾ ਆਪਾਂ ਸਾਂਝਾ ਕਰ ਰਹੇ ਹਾਂ, ਇਤਿਹਾਸ ਦੀ ਲਿਖਤ ਆ, ਜਿੱਥੇ ਸਾਹਿਬ ਉਚਾਰਿਆ ਔਰਨ ਕੀ ਹੋਲੀ ਮਮ ਹੋਲਾ, ਕਹਿਓ ਕਿਰਪਾ ਨਿਧ ਬਚਨ ਅਮੋਲਾ। ਲੋਕਾਂ ਦੀ ਹੋਲੇ ਹੋਏਗੀ ਪਰ ਸਾਡਾ ਹੋਲਾ ਮਹੱਲਾ। ਥੋੜਾ ਜਿਹਾ ਆਪਾਂ ਇੱਕ ਪਿਛੋਕੜ ਕਹਿ ਕੇ ਫਿਰ ਇਤਿਹਾਸ ਦੇ ਬੋਲਾਂ ਨੂੰ ਆਪ ਜੀ ਦੇ ਸਨਮੁਖ ਰੱਖਣਾ ਚਾਹਵਾਂ। ਪਿਛੋਕੜ ਕੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਧੰਨ ਬਾਬਾ ਨਾਮਦੇਵ ਸਾਹਿਬ ਨੇ ਇਸ ਸੰਬੰਧੀ ਬਚਨ ਲਿਖਿਆ। ਹੋਲੀ ਦੀ ਆਰੰਭਤਾ ਕਿੱਥੋਂ ਹੋਈ, ਉਹਦਾ ਪਿਛੋਕੜ ਪੱਖ ਕੀ ਸੀ, ਪਰ ਉਹ ਬਣ ਕੀ ਗਿਆ, ਪਰ ਹਜ਼ੂਰ ਨੇ ਉਹਨੂੰ ਕੈਸਾ ਰੂਪ ਬਖਸ਼ਿਸ਼ ਕੀਤਾ। ਵਕਤ ਆਇਆ, ਹਰਨਾਕਸ਼ ਦੇ ਘਰ ਦੇ ਵਿੱਚ ਚਾਰ ਪੁੱਤਰਾਂ ਦਾ ਜਨਮ ਹੁੰਦਾ। ਸਭ ਤੋਂ ਛੋਟਾ ਪੁੱਤਰ ਆ ਹਰਨਾਕਸ਼ ਦੇ ਘਰ ਪ੍ਰਹਿਲਾਦ। ਹਰਨਾਕਸ਼ ਸੰਸਾਰੀ ਤੌਰ ਤੇ ਇੰਨੀ ਕੁ ਸ਼ਕਤੀ ਹਾਸਲ ਕਰ ਗਿਆ, ਸਾਰੇ ਪਾਸਿਓ ਇੱਕੋ ਹੀ ਬੋਲ ਕਹਿੰਦਾ ਵੀ ਸਿਰਫ ਮੇਰਾ ਨਾਂ ਹੋਵੇ, ਮੈਨੂੰ ਲੋਕ ਸਿਜਦੇ ਕਰਨ। ਸਾਰੇ ਲੋਕ ਸੱਚਮੁੱਚ ਉਹਦੇ ਡਰ ਅੱਗੇ ਉਹਦੇ ਨਿਵਦੇ, ਪਰ ਉਹਦੇ ਘਰ ਦੇ ਵਿੱਚੋਂ ਇੱਕ ਇਨਕਲਾਬੀ ਭਗਤ ਪੈਦਾ ਹੋਇਆ, ਭਗਤ ਪ੍ਰਹਿਲਾਦ। ਰੋਜ਼ ਪੜ੍ਹਦੇ ਆਪਾਂ, ਹਰ ਯੁੱਗ ਯੁੱਗ ਭਗਤਿਓ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਹ ਇਨਕਲਾਬ ਦੀ ਆਰੰਭਤਾ ਜਿੱਦਣ ਹੋਈ, ਹਰਨਾਕਸ਼ ਆਖਿਆ ਵੀ ਪੁੱਤਰ ਹੈ ਆਪਣਾ ਖੂਨ ਹੈ। ਪਹਿਲਾਂ ਤੇ ਉਹਨੇ ਆਪ ਡਰਾਇਆ, ਕੋਈ ਅਸਰ ਨਹੀਂ। ਦੂਜਾ ਉਹਨੇ ਦੋ ਉਸਤਾਦ ਮੁਕਰਰ ਕੀਤੇ। ਰੱਬੀ ਬਾਣੀ ਚ ਦੋਵਾਂ ਟੀਚਰਾਂ ਦਾ ਨਾਂ ਲਿਖਿਆ ਹੋਇਆ, ਸੰਡਾ ਔਰ ਅਮਰਤਾ, ਉਸ ਵੇਲੇ ਦੇ ਉਸਤਾਦ ਸਨ। ਉਹਨਾਂ ਨੂੰ ਆਖਿਆ ਵੀ ਇਹਨੂੰ ਇੱਦਾਂ ਦੀ ਵਿਚਾਰਧਾਰਾ ਦਿਓ, ਇਹ ਮੇਰੇ ਅੱਗੇ ਹੱਥ ਜੋੜਨ। ਪਰ ਦੋਵਾਂ ਉਸਤਾਦਾਂ ਨੇ ਆ ਕੇ ਹੱਥ ਜੋੜ ਕੇ ਕਿਹਾ ਵੀ ਹਰਨਾਕਸ਼ ਤੇਰਾ ਪੁੱਤ ਤੇ ਵਿਗੜਿਆ ਹੀ ਵਿਗੜਿਆ, ਇਹਨੇ ਤੇ ਨਾਲ ਦੇ ਹੋਰ ਵਿਦਿਆਰਥੀ ਵੀ ਵਿਗਾੜ ਦਿੱਤੇ, ਸਾਡੇ ਹੱਥ ਖਲੋਤੇ ਨੇ, ਅਸੀਂ ਇਹਨੂੰ ਕੁਝ ਨਹੀਂ ਸਿਖਾ ਸਕਦੇ। ਦੂਜਾ ਪੱਖ ਰੱਬੀ ਬਾਣੀ ਦਾ ਹੈ, ਨਾਲ ਨਾਲ ਸ਼ਬਦ ਕਹਿੰਦਾ ਜਾਵਾਂ। ਮਹਾਰਾਜ ਕਹਿੰਦੇ ਨੇ, ਸੰਡਾ ਮਰਤਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚ ਹਾਰੇ, ਰਾਮ ਕਹੇ ਕਰਤਾਲ ਬਜਾਵੇ ਚਟੀਆ ਸਭੇ ਵਿਗਾਰੇ, ਰਾਮ ਨਾਮਾ ਜਪਬੋ ਕਰੇ ਹਿਰਦੇ ਹਰ ਜੀ ਕੋ ਸਿਮਰਨ ਥਰੇ। ਦੂਜਾ ਉਹਨੇ ਪੱਖ ਵੇਖਿਆ, ਉਹਨੇ ਆਪਣੀ ਰਾਣੀ ਨੂੰ ਸੱਦਿਆ ਵੀ ਤੂੰ ਮਾਂ ਏ,
ਮਾਂ ਨੂੰ ਕਿਹਾ ਇਸ ਤਰੀਕੇ ਨਾਲ ਇਹਨੂੰ ਮੁਹੱਬਤ ਦੀਆਂ ਲੋਰੀਆਂ ਦੇ ਕੇ ਦੱਸ ਵੀ ਸਭ ਤੋਂ ਵੱਡਾ ਮੈਂ। ਰਾਣੀ ਬੋਲ ਕਹੇ ਬਸਦਾ ਬਸ ਕਿੰਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ ਪੂਤ ਪ੍ਰਹਿਲਾਦ ਕਹਿਆ ਨੀ ਮਾਨਿਆ ਤਿੰਨ ਤੋਂ ਔਰੇ ਠਾਨੀ। ਆਖਿਆ ਬੇਟਾ ਸਾਰੀ ਧਰਤੀ ਤੇਰੇ ਬਾਪੂ ਨੇ ਵਸ ਚ ਕਰ ਲਈ ਹੈ, ਇਹਦੇ ਅੱਗੇ ਸੀਸ ਝੁਕਾ। ਪਰ ਕੋਈ ਹੱਲ ਨਾ ਨਿਕਲਿਆ। ਤੀਜਾ ਪੱਖ ਫਿਰ ਮਹਾਰਾਜ ਬਾਣੀ ਚ ਕਹਿੰਦੇ ਆ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਤਰਸਾਂ ਔਦ ਕਨੇਰੀ ਗਿਰ ਤਰ ਤਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਪਰਮਾਤਮਾ ਯਾਦ ਰੱਖਿਓ ਕਦੇ ਕਾਨੂੰਨ ਵਿਧਾਨ ਚੇਂਜ ਨਹੀਂ ਕਰਦਾ, ਕਦੇ ਨਹੀਂ ਬਦਲਦਾ। ਪਰ ਜਿੱਥੇ ਉਹਦੇ ਭਗਤ ਦੀ ਗੱਲ ਆ ਜਾਏ, ਜਦੋਂ ਆਪਾਂ ਪੜ੍ਹਦੇ ਹਾਂ ਨਾ ਕਿ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਇਹ ਸੱਚ ਹੈ। ਜਿੱਥੇ ਮਾਲਕ ਭਗਤ ਦੀ ਪੈਜ ਰੱਖਣ ਦੀ ਗੱਲ ਕਰਦਾ ਉੱਥੇ ਉਹਦਾ ਵਿਧਾਨ ਉਹ ਆਪਣਾ ਕਾਨੂੰਨ ਜ਼ਰੂਰ ਚੇਂਜ ਕਰ ਦਿੰਦਾ। ਭਗਤ ਪ੍ਰਹਿਲਾਦ ਜੀ ਨੂੰ ਮਾਰਨ ਦੀ ਗੱਲ ਆਈ ਵੀ ਮੁਕਾ ਦਿਓ, ਇਹ ਆਪਣੇ ਘਰ ਚੋਂ ਇਨਕਲਾਬ ਆਰੰਭ ਕਰੇਗਾ, ਇਹਦੇ ਨਾਲ ਬਹੁਤ ਲੋਕ ਜੁੜਨਗੇ। ਮਾਰਨ ਦੀ ਗੱਲ ਆਈ, ਇਹ ਇੱਕ ਮਿੱਥ। ਜਿਹੜੀ ਅਗਲੀ ਗੱਲ ਹੈ ਉਹਦੀ ਭੂਆ ਹੋਲਕਾ, ਉਹਨੂੰ ਇੱਕ ਵਰ ਮਿਲਿਆ, ਭਾਵੇਂ ਗੁਰਮਤ ਵਰ ਤੇ ਸ਼ਰਾਪ ਨਹੀਂ ਮੰਨਦੀ, ਸਿਰਫ ਇੱਕ ਮਿੱਥ ਦਾ ਬੋਲ ਪਿਛੋਕੜ ਕਹਿ ਰਿਹਾ। ਭੂਆ ਨੂੰ ਆਖਿਆ ਵੀ ਤੂੰ ਇਹਨੂੰ ਗੋਦੀ ਚ ਲੈ ਕੇ ਬਹਿ, ਕਿਉਂਕਿ ਤੈਨੂੰ ਅੱਗ ਸਾੜ ਨਹੀਂ ਸਕੇਗੀ। ਹੋਇਆ ਐਸਾ, ਬਾਲਣ ਪਾਈ ਗਏ, ਭੂਆ ਸੜ ਗਈ, ਪਰ ਪ੍ਰਹਿਲਾਦ ਬਚ ਗਏ। ਆਮ ਲੁਕਾਈ ਦੇ ਲੋਕਾਂ ਨੇ ਉਸ ਸਵਾਹ ਨੂੰ ਚੁੱਕਿਆ ਤੇ ਲੋਕਾਂ ਦੇ ਮੱਥੇ ਤੇ ਸਿਰਫ ਟਿੱਕੇ ਲਾਏ ਜਿੱਥੋਂ ਆਰੰਭ ਹੋਈ ਗੱਲ। ਇੰਨੀ ਸੀ ਬਦੀ ਉੱਤੇ ਸੱਚ ਦੀ ਜਿੱਤ। ਹਰੇਕ ਸਾਲ ਉਹ ਦਿਨ ਲੋਕੀ ਮਨਾਉਂਦੇ ਅੱਗ ਬਾਲਦੇ, ਔਰ ਉਸ ਸਵਾਹ ਦੀ ਜਿਹੜੀ ਗੱਲ ਸੀ ਕੋਈ ਉਹਦੇ ਮੱਥੇ ਤੇ ਲਾਉਂਦਾ, ਕੋਈ ਉਸ ਸਵਾਹ ਨੂੰ ਉਡਾਉਣ ਲੱਗ ਪਿਆ। ਜਿਹੜਾ ਮੂਲ ਸੱਚ ਸੀ, ਧਿਆਨ ਦਿਓ, ਬ੍ਰਾਹਮਣ ਜਿਹੜਾ ਇਸ ਕਥਾ ਨੂੰ ਹਰੇਕ ਵਾਰ ਕਰਦਾ ਹਰਨਾਕਸ਼ ਤੇ ਪ੍ਰਹਿਲਾਦ ਦੀ, ਪਰ ਉਹ ਇਸ ਸੱਚ ਨੂੰ ਲੋਕਾਂ ਤੱਕ ਨਾ ਜਾਣ ਦਿੰਦਾ। ਉਹਨੇ ਐਸਾ ਉਲਝਾਇਆ ਕਿ ਇਹ ਤਿਉਹਾਰ ਹੈ ਤੇ ਬਹੁਤ ਉੱਚਾ ਸੀ ਵੀ ਸਮਝ ਆ ਜਾਏ ਵੀ ਸੱਚ ਦੀ ਹਮੇਸ਼ਾ ਜਿੱਤ ਆ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਨੇ ਹਮੇਸ਼ਾ ਜਿੱਤਣਾ। ਪਰ ਉਹਨੂੰ ਰੰਗਾਂ ਦੇ ਵਿੱਚ ਜੋੜ ਦਿੱਤਾ। ਹਿੰਦੁਸਤਾਨ ਦੀ ਧਰਤੀ ਤੇ ਤਕਰੀਬਨ 20 ਤੋਂ ਵੱਧ ਤਰ੍ਹਾਂ ਦੀ ਅੱਜ ਵੀ ਹੋਲੀ ਮਨਾਈ ਜਾਂਦੀ। ਕੋਈ ਕੱਲਾ ਰੰਗ ਸੁੱਟਦਾ, ਕੋਈ ਲੱਠ ਮਾਰ ਹੋਲੀ ਖੇਡਦਾ, ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਵੀ ਮਹਾਰਾਜ ਕਹਿੰਦੇ ਆ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ। ਇੱਕ ਉਹ ਪੱਖ ਆਇਆ ਰੰਗਾਂ ਦੀ ਦੁਨੀਆ ਦੇ ਵਿੱਚ ਐਸਾ ਲੋਕ ਉਲਝ ਕੇ ਰਹਿ ਗਏ, ਇੱਕ ਦੂਜੇ ਉੱਤੇ ਕਿਸੇ ਚਿੱਕੜ ਸੁੱਟਣਾ, ਕਿਸੇ ਕੁਝ ਸੁੱਟਣਾ। ਪਰ ਐਸਾ ਤਿਉਹਾਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੀ ਕੌਮ ਲਈ ਨਹੀਂ ਰੱਖਿਆ। ਉਹ ਤਿਉਹਾਰ ਨਹੀਂ ਜਿਹੜਾ ਸਿਰਫ ਦੁਨੀਆਂ ਚ ਰਹਿ ਕੇ ਦੁਨੀਆਂ ਦੀ ਗੱਲ ਕਰੇ। ਸਤਿਗੁਰੂ ਨੇ ਤੇ ਇਹਨਾਂ ਤੋਂ ਉੱਚਿਆਂ ਕੀਤਾ, ਇਹਨੂੰ ਸਿਰਫ ਇੱਕ ਪੱਖ ਨੂੰ ਸਮਝਿਓ। ਮਹਾਰਾਜ ਕਹਿੰਦੇ ਨੇ ਚਿੰਨ ਕਦੇ ਰੱਬ ਨੂੰ ਮਿਲਣ ਦੀ ਤਾਂਘ ਨਹੀਂ ਰੱਖਦੇ। ਚਿੰਨਾਂ ਦਾ ਸੁਨੇਹਾ ਹੋਵੇ, ਸਿਰਫ ਇੱਕੋ ਹੀ ਬੋਲ ਨੂੰ ਸਮਝਿਓ। ਇਹ ਸਾਖੀ ਬਹੁਤ ਵਾਰ ਸੁਣੀ ਤੁਸਾਂ ਨੇ ਜਦੋਂ ਜਨੇਊ ਪਾਉਣ ਦੀ ਗੱਲ ਆਉਂਦੀ ਹੈ, ਪਰ ਉਹਦਾ ਸਿਧਾਂਤ ਕਿੰਨਾ ਪਿਆਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਪੰਡਿਤ ਜੀ ਤੁਸੀਂ ਕਹਿੰਦੇ ਹੋ ਜਨੇਊ ਪਾ, ਪਰ ਮੇਰੀ ਗੱਲ ਦਾ ਇੱਕ ਜਵਾਬ ਦਿਓ। ਅੱਜ ਮੈਂ ਜਨੇਊ ਧਾਰਨ ਕਰ ਲਵਾਂ ਤੇ ਕੀ ਹੋਏਗਾ? ਪੰਡਿਤ ਜੀ ਕਹਿੰਦੇ ਨੇ ਪੁੱਤ ਤੂੰ ਧਰਮੀ ਹੋਵੇਗਾ ਅੱਜ ਤੋਂ ਬਾਅਦ। ਮਹਾਰਾਜ ਕਹਿੰਦੇ ਆ ਪਹਿਲਾਂ ਗਵਾਹੀ ਦਿਓ ਅੱਜ ਮੈਂ ਜਨੇਊ ਪਾਉਣ ਤੋਂ ਬਾਅਦ ਸੱਚੀ ਧਰਮੀ ਹਾਂ। ਕੀ ਮੇਰੀਆਂ ਅੱਖਾਂ ਧਰਮ ਕਮਾਉਣਗੀਆਂ? ਕੀ ਮੇਰੇ ਕੰਨ ਧਰਮ ਕਮਾਉਣਗੇ? ਮੇਰੀ ਜ਼ਬਾਨ ਧਰਮੀ ਹੋ ਜਾਏਗੀ? ਮੇਰੇ ਹੱਥ ਪੈਰ ਧਰਮੀ ਹੋ ਜਾਣਗੇ? ਜੇ ਤੇ ਗਵਾਹੀ ਦਿੰਦੇ ਹੋ ਮੈਂ ਜਨੇਊ ਪਾਉਣ ਨੂੰ ਤਿਆਰ ਹਾਂ।
ਪੰਡਿਤ ਹਰਦਿਆਲ ਹੱਥ ਜੋੜ ਕੇ ਕਹਿੰਦਾ, ਮਹਾਰਾਜ ਜਿੱਥੋਂ ਤੱਕ ਤੇਰੀ ਸੁਰਤ ਦਾ ਬੋਲਬਾਲਾ ਹੈ ਮੈਂ ਉੱਥੋਂ ਤੱਕ ਨਹੀਂ ਸੋਚ ਸਕਦਾ। ਸਾਹਿਬ ਨੇ ਰੱਬੀ ਬਾਣੀ ਚ ਬਚਨ ਕਿਹਾ, ਤਗ ਨਾ ਇੰਦਰੀ ਤਗ ਨਾ ਨਾਰੀ ਭੜਕੇ ਥੁੱਤ ਪਵੇ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ, ਬੇ ਤੱਗਾ ਆਪੇ ਵੱਤੈ ਵੱਟ ਧਾਗੇ ਅਵਰਾ ਤੱਤੈ, ਲੈ ਪਹਾੜ ਕਰੇ ਵੀਆ ਕੱਢ ਤਾਗਰ ਦਸਹਿਰਾ, ਸੁਣ ਵੇਖੋ ਲੋਕਾ ਇਹ ਵਿਡਾਣ ਮਨ ਅੰਧਾ ਨਾਉ ਸੁਜਾਨ। ਹਜ਼ੂਰ ਕਹਿੰਦੇ ਉਹ ਚਿੰਨ ਉਹ ਤਿਉਹਾਰ ਕਾਹਦਾ ਜਿਹੜਾ ਅੰਦਰ ਦੀ ਜ਼ਿੰਦਗੀ ਨੂੰ ਉੱਚਾ ਨਾ ਚੁੱਕ ਸਕੇ। ਧੰਨ ਬਾਬਾ ਕਬੀਰ ਸਾਹਿਬ ਕਿਹਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਚ ਰਹਿਆ ਚਾਰੋ ਬੇਦੋ ਮਾਹੇ। ਬ੍ਰਾਹਮਣ ਦੁਨੀਆਂ ਦਾ ਗੁਰੂ ਹੋ ਸਕਦਾ ਪਰ ਰੱਬ ਦੇ ਪਿਆਰਿਆਂ ਦਾ ਨਹੀਂ, ਭਗਤਾਂ ਦਾ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਲੇ ਮਹੱਲੇ ਦਾ ਜਿਹੜਾ ਪੱਖ ਆ ਗੁਰਮੁਖੋ, ਉਹ ਦੋ ਹੀ ਲਫ਼ਜ਼ ਆ, ਭਗਤੀ ਵੀ ਹੈ ਸ਼ਕਤੀ ਵੀ ਆ। ਮਾਲਾ ਵੀ ਦਿੱਤੀ ਤੇਗ ਵੀ ਦਿੱਤੀ, ਸੰਤ ਵੀ ਬਣਾਇਆ ਸਿਪਾਹੀ ਵੀ ਬਣਾਇਆ। ਮੂਲ ਗੱਲ ਸਿਰਫ ਇਹਨੀ ਕਰੀਏ, ਜੇ ਇਹ ਦੋਵੇਂ ਚੀਜ਼ਾਂ ਕੋਲ ਆ ਤੇ ਮਹਾਰਾਜ ਕਹਿੰਦੇ ਨੇ ਮੇਰਾ ਸਿੱਖ ਮੰਜ਼ਿਲ ਤੇ ਪਹੁੰਚਿਆ ਹੋਇਆ ਹੈ। ਅੱਜ ਇਹ ਕੌੜਾ ਸੱਚ ਆ, ਤੁਸੀਂ ਵੀ ਮੈਂ ਵੀ ਮੀਡੀਏ ਰਾਹੀਂ ਟੀਵੀ ਰਾਹੀਂ ਵੇਖਿਆ, ਜਿਹੜੀ ਗੱਲ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਖਾਈ, ਸਾਡੇ ਕੌਮ ਦੇ ਆਗੂਆਂ ਨੇ ਉਸ ਸਿਧਾਂਤ ਨੂੰ ਮਿੱਟੀ ਚ ਰੋਲ ਕੇ ਰੱਖ ਦਿੱਤਾ। ਰੰਗ ਦੀ ਗੁਰਮੁਖੋ ਗੱਲ ਹੀ ਕਿਤੇ ਨਹੀਂ, ਤੁਸੀਂ ਪੂਰਾ ਇਤਿਹਾਸ ਗੁਰੂ ਕਲਗੀਆਂ ਵਾਲੇ ਦਾ ਪੜ੍ਹੋ, ਭਾਈ ਸਾਹਿਬ ਭਾਈ ਨੰਦ ਲਾਲ ਦੀਵਾਨ ਗੋਇਆ ਦੀ ਰਚਨਾ ਪੜ੍ਹੋ, ਕਿੱਥੇ ਲਿਖਿਆ ਵੀ ਇੱਕ ਦੂਜੇ ਉੱਤੇ ਰੰਗ ਮਲੇ ਜਾਣ। ਜਿਹੜੀ ਅਸਲ ਗੱਲ ਸੀ, ਮੈਂ ਇੱਕ ਪੱਖ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤਲਗੀ ਤਰ ਮਹਾਰਾਜ ਤੱਕ ਲਿਆਵਾਂ, ਭਗਤੀ ਤੇ ਸ਼ਕਤੀ ਕੀ ਹੈ। ਬਾਬੇ ਨਾਨਕ ਨੇ ਦੋਨੋਂ ਗੱਲਾਂ ਪੈਰਲ ਰੱਖੀਆਂ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਆ, ਆਸਾ ਹੱਥ ਕਿਤਾਬ ਕੱਛ ਨੀਲ ਬਸਤਰ ਧਾਰੇ ਬਨਵਾਰੀ। ਗੁਰੂ ਨਾਨਕ ਸਾਹਿਬ ਕੋਲ ਕੱਲੀ ਪੋਥੀ ਨਹੀਂ, ਮਹਾਰਾਜ ਦੇ ਹੱਥ ਦੇ ਵਿੱਚ ਡਾਂਗ ਆ, ਸੋਟਾ ਆ। ਉਸ ਵੇਲੇ ਭਗਤੀ ਤਾਂ ਹੈ ਹੀ ਹੈ ਪਰ ਸ਼ਕਤੀ ਜ਼ਰੂਰ ਨਾਲ ਰੱਖੀ, ਕੱਲੀ ਮਾਲਾ ਨਹੀਂ ਰੱਖੀ, ਮਹਾਰਾਜ ਨੇ ਬਾਹਰੀ ਤੌਰ ਤੇ ਹਥਿਆਰ ਵੀ ਰੱਖਿਆ। ਔਰ ਅੱਗੇ ਵਕਤ ਚੱਲਿਆ, ਦੂਸਰੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਖਡੂਰ ਸਾਹਿਬ ਦੀ ਪਵਿੱਤਰ ਧਰਤੀ, ਮਹਾਰਾਜ ਬੈਠੇ ਨਿੱਕੇ ਨਿੱਕੇ ਬੱਚਿਆਂ ਨੂੰ ਵਿਦਿਆ ਸਿਖਾ ਰਹੇ ਆ। ਇਹ ਯਾਦ ਰੱਖਿਓ ਗੁਰਮੁਖੋ, ਜਿਹੜੀ ਪੰਜਾਬੀ ਭਾਸ਼ਾ ਦੀ ਲਿਪੀ ਆ, ਭਾਸ਼ਾ ਹੋਰ ਹੁੰਦੀ ਆ ਲਿਪੀ ਹੋਰ ਹੁੰਦੀ ਆ, ਅਕਸਰ ਤੁਸੀਂ ਸਮਝਦੇ ਹੋ। ਜ਼ਬਾਨ ਦਾ ਜਿਹੜਾ ਬੋਲਣ ਦਾ ਵਿਸ਼ਾ, ਜਿਹੜੇ ਲਫ਼ਜ਼ ਕੱਲੇ ਜ਼ਬਾਨ ਤੋਂ ਤਾਲੂ ਨਾਲ ਜੋੜ ਕੇ ਬੋਲੇ ਜਾਣ ਉਹਨਾਂ ਦੀ ਵੱਖਰੀ ਲਾਈਨ, ਜਿੱਥੇ ਬੋਲਣਾ ਬੁੱਲ ਜੁੜ ਕੇ ਲਫ਼ਜ਼ ਜੋ ਬੋਲਦੇ ਆ ਉਹ ਲਾਈਨ ਵੱਖਰੀ, ਜਿਹੜੇ ਕੰਠ ਨਾਲ ਉਚਾਰੇ ਜਾਣ ਉਹ ਲਾਈਨ ਵੱਖਰੀ, ਇਹਨੂੰ ਲਿਪੀ ਕਹਿੰਦੇ ਆ। ਕਿਤੇ ਫਿਰ ਸਹੀ, ਗੁਰੂ ਨਾਨਕ ਸਾਹਿਬ ਦੀਆਂ ਜਿੰਨੀਆਂ ਪੱਟੀਆਂ ਰੱਬੀ ਬਾਣੀ 'ਚ ਸੱਸੇ ਤੋਂ ਆਰੰਭ ਹੁੰਦੀਆਂ, 35 ਅੱਖਰੀ ਜਿਹੜੀ ਉਹਦਾ ਮੂਲ ਰੂਪ, ਉਹਨੂੰ ਜਨਮ ਦੇਣ ਵਾਲੇ ਗੁਰੂ ਅੰਗਦ ਸਾਹਿਬ ਮਹਾਰਾਜ। ਪਾਤਸ਼ਾਹ ਨਿੱਕੇ ਨਿੱਕੇ ਬੱਚਿਆਂ ਨੂੰ ਪੜ੍ਹਾ ਰਹੇ ਆ, ਤਨੌਜ ਦੇ ਮੈਦਾਨ ਵਿੱਚੋਂ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਮਾਯੂ ਹਾਰ ਕੇ ਖਡੂਰ ਸਾਹਿਬ ਅੱਪੜਿਆ ਬਿਆਸ ਪਾਰ ਕਰਕੇ। ਉਹਨੂੰ ਸੀ ਵੀ ਮੈਂ ਵਕਤ ਦਾ ਰਾਜਾ ਆ, ਇੰਨੇ ਲੋਹ ਲਸ਼ਕਰ ਨਾਲ ਲੈ ਕੇ ਤੁਰਿਆ, ਮਹਾਰਾਜ ਉੱਠ ਕੇ ਮੇਰਾ ਸਤਿਕਾਰ ਕਰਨਗੇ। ਸਤਿਗੁਰੂ ਨੇ ਹਮਾਯੂ ਨੂੰ ਵੇਖਿਆ ਵੀ ਨਹੀਂ, ਹਮਾਯੂ ਨੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ, ਤਲਵਾਰ ਬਾਹਰ ਕੱਢਣ ਲੱਗਾ, ਪਾਤਸ਼ਾਹ ਹੱਸ ਪਏ। ਸੱਚੇ ਪਾਤਸ਼ਾਹ ਕਹਿਣ ਲੱਗੇ, ਫਕੀਰਾਂ ਤੇ ਤਲਵਾਰ ਚੁੱਕਣੀ ਤੇ ਬੜੀ ਸੌਖੀ ਆ ਹਮਾਯੂ, ਇਹ ਮਤਾਂ ਭੁਲੇਖਾ ਰੱਖੀ ਵੀ ਮੈਂ ਤੇਰੇ ਤੋਂ ਡਰਦਾ ਹਾਂ ਜਾਂ ਮੈਂ ਤੇਰਾ ਜਵਾਬ ਨਹੀਂ ਦਿਆਂਗਾ, ਤਲਵਾਰ ਮੇਰੇ ਤੇ ਚੁੱਕਣੀ ਜੋ ਇੰਨੀ ਸੌਖੀ ਕਰ ਲਈ। ਜਦੋਂ ਸ਼ੇਰ ਸ਼ਾਹ ਸੂਰੀ ਨਾਲ ਜੂਝਣਾ ਪਿਆ, ਉੱਥੇ ਤਲਵਾਰ ਨੂੰ ਜੰਗ ਲੱਗ ਗਿਆ, ਉੱਥੇ ਕਿਉਂ ਨਹੀਂ ਕੱਢੀ ਤਲਵਾਰ। ਧਿਆਨ ਦਿਓ, ਕੱਲੀ ਭਗਤੀ ਨਹੀਂ ਸ਼ਕਤੀ ਹੈ। ਹੋਰ ਇੱਕ ਸੌਖਾ ਬੋਲ ਕਵਾਂ,
ਤੁਹਾਨੂੰ ਸਾਰਿਆਂ ਨੂੰ ਇਹ ਬਚਨ ਕੰਠ ਆ ਮਹਾਰਾਜ ਦਾ। ਪਾਤਸ਼ਾਹ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੇਲੇ ਦਾ ਸੱਚ ਵੇਲੇ ਤੇ ਕਿਹਾ ਹੈ। ਇਹ ਸਭ ਤੋਂ ਵੱਡੀ ਖੇਡ ਆ ਜੀ, ਵੇਲੇ ਦਾ ਸੱਚ ਵੇਲੇ ਤੇ ਕਹਿਣਾ। ਐਸਾ ਨਹੀਂ ਹੋਇਆ ਵੀ ਗੱਲ ਹਰਿਦੁਆਰ ਦੀ ਹੋਵੇ ਤੇ ਮਹਾਰਾਜ ਨੇ ਮੱਕੇ ਜਾ ਕੇ ਕਹੀ ਹੋਵੇ, ਗੱਲ ਮੱਕੇ ਦੀ ਸੀ ਤੇ ਕਈ ਉੜੀਸਾ ਜਾ ਕੇ ਹੋਵੇ, ਗੱਲ ਜਗਨਨਾਥਪੁਰੀ ਦੀ ਆ ਤੇ ਕਈ ਕਿਤੇ ਹੋਰ ਜਾ ਕੇ ਹੋਵੇ, ਐਸਾ ਨਹੀਂ ਹੋ ਸਕੇ। ਇਸ ਲਈ ਵੇਲੇ ਦਾ ਸੱਚ ਵੇਲੇ ਤੇ ਕਹਿਣਾ, ਇਹੀ ਭਗਤੀ ਤੇ ਇਹੀ ਸ਼ਕਤੀ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਵੇਲੇ ਦਾ ਸੱਚ ਵੇਲੇ ਤੇ ਕਹਿ ਦਿੱਤਾ। ਵਕਤ ਆਇਆ ਪੰਚਮ ਪਿਤਾ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ। ਸੱਚੇ ਪਾਤਸ਼ਾਹ ਨੂੰ ਸਿੱਖ ਸੰਗਤ ਕਹਿੰਦੀ ਇਹ ਦਾਤਾ ਕਦੀ ਸੁਲਹੀ ਆ ਕੇ ਡਰਾਉਂਦਾ, ਕਦੀ ਸੁਲਭੀ ਡਰਾਉਂਦਾ, ਕਦੀ ਸਕਾ ਭਰਾ ਪ੍ਰਿਥੀ ਚੰਦ ਡਰਾਉਂਦਾ। ਮਹਾਰਾਜ ਸਾਰੀ ਜ਼ਿੰਦਗੀ ਮਾਲਾ ਹੀ ਪਕੜਾਂਗੇ ਕੋਈ ਹਥਿਆਰ? ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਜਿਹੜੇ ਹਥਿਆਰ ਪਕੜਨੇ ਗਏ ਨਾ ਛੇਵੇਂ ਜਾਮੇ ਚ ਪਕੜਾਂਗੇ, ਔਰ ਐਸੇ ਪਕੜਾਂਗੇ ਪੀਰ ਦੀ ਪੀਰੀ ਖਿੱਚ ਲੈਣੀ ਆ ਤੇ ਮੀਰ ਦੀ ਮੀਰੀ ਖਿੱਚ ਲੈਣੀ। ਔਰ ਉਹ ਕੁਝ ਹੋਇਆ, ਇੱਕ ਸਿਰਫ ਅੰਦਾਜ਼ਾ ਲਾਓ, ਕੇਵਲ 11 ਸਾਲ ਦੀ ਉਮਰ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਗੁਰਮੁਖੋ ਇਹ ਬੋਲ ਇਕੱਲੇ ਲੱਛੇਦਾਰ ਨਹੀਂ, ਮੇਰੀ ਬੇਨਤੀ ਨੂੰ ਸਮਝਿਓ। ਹੋਲਾ ਮਹੱਲਾ ਇਕੱਲਾ ਰੰਗਾਂ ਦਾ ਪ੍ਰਤੀਕ ਨਹੀਂ ਆ, ਸਾਨੂੰ ਮਹਾਰਾਜ ਨੇ ਸ਼ਸਤਰਧਾਰੀ ਬਣਾਇਆ। ਇਕੱਲੇ ਚੌਂਕੜੇ ਮਾਰ ਚੋਲੇ ਪਾ ਕੇ ਇਕੱਲੀ ਮਾਲਾ ਫੇਰਨੀ ਨਹੀਂ ਸਿਖਾਈ। ਮੈਂ ਤਾਂ ਆਰੰਭ ਤੋਂ ਇਤਿਹਾਸ ਆਰੰਭਿਆ, ਕੋਈ ਮਤਾ ਇਹ ਸਮਝੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕਿਰਪਾਨਾਂ ਵਾਲਾ ਸਤਿਗੁਰੂ ਨਹੀਂ, ਗੁਰੂ ਹਰਗੋਬਿੰਦ ਸਾਹਿਬ ਸਿਰਫ 11 ਸਾਲ ਦੇ ਜਿੱਦਣ ਮਹਾਰਾਜ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਹੋਏ ਤੇ ਆਵਾਜ਼ ਕੀ ਦਿੱਤੀ? ਕਹਿਣ ਲੱਗੇ ਤੁਹਾਡਾ ਆਉਣਾ ਪ੍ਰਵਾਨ ਹੈ, ਪਰ ਗੁਰਮੁਖੋ ਮੈਨੂੰ ਚਾਹੀਦੇ ਆ ਸੋਹਣੇ ਘੋੜੇ, ਹਥਿਆਰ ਲੈ ਕੇ ਆਓ, ਸੋਹਣੀਆਂ ਜਵਾਨੀਆਂ ਭੇਟਾ ਕਰੋ, ਔਰ ਐਸੀ ਬਖਸ਼ਿਸ਼ ਵਰਤੇਗੀ, ਐਸੀ ਰਹਿਮਤ ਵਰਤੇਗੀ, ਵਕਤ ਦੇ ਨਾਲ ਰਾਜ ਵੀ ਸਾਡਾ ਹੋਏਗਾ ਤੇ ਤਾਜ ਵੀ ਸਾਡਾ ਹੋਏਗਾ। ਗੁਰਮੁਖੋ ਆਪੋ ਆਪਣੀਆਂ ਜਵਾਨੀਆਂ ਗੁਰੂ ਚਰਨਾਂ ਚ ਭੇਟਾ ਕਰ ਦਿੱਤੀਆਂ, ਹਥਿਆਰ ਘੋੜੇ ਲੈ ਕੇ ਗੁਰੂ ਕੇ ਲਾਲ ਗੁਰੂ ਕੇ ਖਾਲਸੇ ਅੱਪੜਦੇ ਆ। ਸਮਾਂ ਕੀ ਹੋਇਆ ਜੀ, ਅੱਜ ਵੀ ਤੁਸੀਂ ਜਾਓ ਰਾਮ ਤੀਰਥ ਵਾਲੇ ਪਾਸੇ, ਅਟਾਰੀ ਵਾਲੇ ਪਾਸੇ, ਅੰਮ੍ਰਿਤਸਰ ਸਾਹਿਬ, ਮਹਾਰਾਜ ਸ਼ਿਕਾਰ ਖੇਡਦੇ ਆ। ਗੁਰੂ ਕੇ ਬਾਜ ਨੇ ਮੁਗਲਾਂ ਦੇ ਬਾਜ ਨੂੰ ਢਾ ਲਿਆ, ਉਹ ਬਾਜ ਲੈਣ ਆਏ, ਸੱਚੇ ਪਾਤਸ਼ਾਹ ਕਹਿੰਦੇ ਅਸੀਂ ਬਾਜ ਨਹੀਂ ਦੇਣਾ। ਰੌਲਾ ਪੈ ਗਿਆ, ਅੱਜ ਇਹਨਾਂ ਬਾਜ ਫੜਿਆ ਅਲਤਾਜ ਨੂੰ ਹੱਥ ਪਾਉਣਗੇ। ਆਹ ਕਾਰਨ ਬਣਿਆ ਜੀ ਲੋਹਗੜ੍ਹ ਦਾ ਪਹਿਲਾ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਹੋਇਆ। ਸਤਿਗੁਰੂ ਕਹਿੰਦੇ ਨੇ ਤੱਤੀਆਂ ਤਵੀਆਂ ਤੇ ਕਿਵੇਂ ਬਿਠਾਈਦਾ, ਇਹ ਹੁਣ ਮੈਦਾਨੇ ਜੰਗ ਚ ਦੱਸਾਂਗੇ। ਅਸੀਂ ਅਪੀਲ ਵੀ ਦਿੱਤੀ, ਅਸੀਂ ਦਲੀਲ ਵੀ ਦਿੱਤੀ, ਅਪੀਲ ਤੇ ਦਲੀਲ ਨਾਲ ਕੰਮ ਨਹੀਂ ਹੋਇਆ ਤੇ ਸ਼ਮਸ਼ੀਰ ਚੁੱਕਣੀ ਵਾਜ਼ਬ ਆ। ਚਾਰ ਜੰਗ ਗੁਰੂ ਹਰਗੋਬਿੰਦ ਸਾਹਿਬ ਲੜੇ ਤੇ ਚਾਰਾਂ ਦੇ ਵਿੱਚ ਜਿੱਦ ਕਰਕੇ ਦਿਖਾਈ। ਗੁਰੂ ਹਰ ਰਾਏ ਸਾਹਿਬ ਦਾ ਵੇਲਾ, 2200 ਘੋੜ ਸਵਾਰ ਸਦਾ ਮਹਾਰਾਜ ਦੇ ਨਾਲ ਤਿਆਰ ਰਹਿੰਦੇ। ਯਾਦ ਰੱਖਣਾ ਗੁਰਮੁਖੋ, ਪੀਰ ਸ਼ਾਹ ਦੌਲੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਸਵਾਲ ਕੀਤਾ, ਸੱਚੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਵਾਰਸ ਹੋ, ਪਰ ਗੱਲ ਇਹ ਆ ਬਾਬੇ ਨਾਨਕ ਨੇ ਤੇ ਗ੍ਰਿਸਤ ਧਰਮ ਨੂੰ ਪ੍ਰੌੜਤਾ ਦਿੱਤੀ, ਉਹ ਤੇ ਫਕੀਰ ਸੀ, ਪਰ ਤੁਸੀਂ ਇੱਕ ਨਹੀਂ ਦੋ ਤਲਵਾਰਾਂ ਪਾ ਲਈਆਂ। ਮਹਾਰਾਜ ਕਹਿੰਦੇ ਆ ਫਕੀਰ ਸਾਈਂ, ਬਾਬੇ ਨਾਨਕ ਨੇ ਗ੍ਰਿਸਤ ਨਹੀਂ ਤਿਆਗਿਆ, ਉਹਦੇ ਕੋਲ ਪੀਰੀ ਵੀ ਸੀ, ਉਹਦੇ ਕੋਲ ਮੀਰੀ ਵੀ ਸੀ, ਬਸ ਅਸੀਂ ਉਹਨੂੰ ਅੱਗੇ ਪ੍ਰਚੰਡ ਕੀਤਾ, ਸਿਧਾਂਤ ਬਾਬੇ ਨਾਨਕ ਵਾਲਾ ਹੀ ਹੈ।
ਹੁਣ ਵਕਤ ਆਇਆ ਜੀ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਮਹਾਰਾਜ ਨੇ ਹਥਿਆਰਧਾਰੀ ਸ਼ਸਤਰਧਾਰੀ ਸਿੱਖ ਨੂੰ ਸਜਾਇਆ ਠੰਡੇ ਬਾਟੇ ਦੀ ਪੌਲ ਤੇ ਬਖਸ਼ੀਓ ਬਖਸ਼ੀ ਪਰ ਉਹਦਾ ਪਿਛੋਕੜ ਥੋੜਾ ਵੇਖੋ ਸ਼ਕਤੀ ਦੀ ਗੁਰਮੁਖੋ ਬੜੀ ਲੋੜ ਆ। ਹੋਰ ਸੌਖਾ ਗੱਲ ਕਵਾਂ ਕੱਲਾ ਹਰਿਮੰਦਰ ਸਾਹਿਬ ਨਹੀਂ ਬਣਾਇਆ ਮਹਾਰਾਜ ਨੇ, ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ। ਧਰਮ ਵੀ ਹੋਵੇ ਰਾਜਨੀਤੀ ਵੀ ਹੋਵੇ ਪੀਰੀ ਵੀ ਹੋਵੇ ਪਰ ਮੀਰੀ ਜ਼ਰੂਰ ਹੋਵੇ ਨਾਲ। ਗੁਰਦੁਆਰਾ ਸਾਹਿਬ ਤੁਸੀਂ ਆਉਂਦੇ ਹੋ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸ਼ਸਤਰ ਪਏ, ਤਖਤਾਂ ਤੇ ਜਾਂਦੇ ਹੋ ਤਖਤ ਸ੍ਰੀ ਦਮਦਮਾ ਸਾਹਿਬ ਸਰੂਪ ਦਾ ਪ੍ਰਕਾਸ਼ ਪਾਸੇ ਆ, ਹਥਿਆਰ ਤਖਤ ਦੇ ਉੱਤੇ ਵਿਰਾਜਮਾਨ ਹੈ। ਤਖਤ ਸ੍ਰੀ ਅਕਾਲ ਤਖਤ ਸਾਹਿਬ ਸਰੂਪ ਇੱਕ ਪਾਸੇ ਆ ਪਰ ਜਿਹੜਾ ਮੁੱਖ ਥੜਾ ਆ ਉਸ ਥੜੇ ਦੇ ਉੱਤੇ ਹਥਿਆਰ ਆ। ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਰੂਪ ਪਾਸੇ ਮਹਾਰਾਜ ਦਾ ਪਰ ਜਿਹੜਾ ਮੇਨ ਸਥਾਨ ਉਹਦੇ ਤੇ ਹਥਿਆਰ ਪਏ। ਪੀਰੀ ਤੇ ਮੀਰੀ ਦੋਨੋਂ ਚੀਜ਼ਾਂ ਹੋਲਾ ਮਹੱਲਾ ਹੈ ਹੀ, ਅਸੀਂ ਵੀ ਕੱਚਿਆਂ ਰੰਗਾਂ ਨੂੰ ਤਿਆਗ ਸਿੱਖ ਦੇ ਅੰਦਰ ਰੰਗ ਚੜਿਆ ਹੋ। ਜਿੱਦਣ ਗੁਰੂ ਨੇ ਹਥਿਆਰ ਦਿੱਤਾ ਫਿਰ ਧਿਆਨ ਦੇਣਾ, ਹਥਿਆਰ ਡਾਕੂ ਕੋਲ ਹੋਵੇ, ਚੋਰ ਕੋਲ ਹੋਵੇ, ਮਾਰਨ ਵਾਲੇ ਕੋਲ ਹੋਵੇ ਤੇ ਲੋਕੀ ਡਰਦੇ ਆ ਵੀ ਇਹਦਾ ਹਥਿਆਰ ਕਿਸੇ ਦੀ ਵੀ ਜਾਨ ਲੈ ਲਏਗਾ ਕਿਉਂਕਿ ਇਹਦੇ ਹਥਿਆਰ ਕੋਲ ਤਰਤੀਬ ਕੋਈ ਨਹੀਂ। ਹਥਿਆਰ ਤੇ ਉਹੀ ਚੋਰ ਕੋਲ ਕਤਲ ਕਰ ਦਿੰਦਾ, ਉਹੀ ਹਥਿਆਰ ਡਾਕਟਰ ਕੋਲ ਆ, ਉਹੀ ਹਥਿਆਰ ਪੁਲਿਸ ਵਾਲੇ ਕੋਲ ਆ, ਫੌਜੀ ਕੋਲ ਆ, ਉਹਨੂੰ ਕਿਸੇ ਤਰਤੀਬ ਦੇ ਵਿੱਚ ਦਿੱਤਾ ਹੋਇਆ। ਅਸਲ ਵਿੱਚ ਐਸੇ ਚੀਜ਼ ਦਾ ਨਾਂ ਹੀ ਹੈ ਹੋਲਾ ਮਹੱਲਾ। ਕਲਗੀਧਰ ਮਹਾਰਾਜ ਜਿੱਦਣ ਲੋਕਾਂ ਨੂੰ ਇਕੱਠਿਆਂ ਕੀਤਾ ਨਾ, ਆਨੰਦਪੁਰ ਸਾਹਿਬ ਆਵਾਜ਼ ਦਿੱਤੀ, 12 ਸਾਲ ਦੀ ਉਮਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ, 9 ਸਾਲ ਦੀ ਉਦਣ ਆ ਜਿੱਦਣ ਬਾਪੂ ਨੂੰ ਤੋਰਿਆ, 9 ਸਾਲ ਤੇ 11 ਮਹੀਨਿਆਂ ਦੀ ਉਮਰ ਆ ਜਿੱਦਣ ਬਾਪੂ ਦਾ ਸੀਸ ਆਉਂਦਾ ਚੱਲ ਕੇ, 12 ਵਰਿਆਂ ਦੀ ਉਮਰ ਆ ਜਿੱਦਣ ਪਾਤਸ਼ਾਹ ਦੀਵਾਨ ਲਾ ਕੇ ਇੱਕ ਗੱਲ ਕਹਿੰਦੇ ਆ ਭਲਿਓ। ਸਾਰੀ ਜ਼ਿੰਦਗੀ ਤੁਹਾਡੇ ਬਜ਼ੁਰਗ ਲਿਤੜਦੇ ਆਏ, ਕੀ ਆਪਣੇ ਆਪ ਨੂੰ ਲਤਾੜਦੇ ਜ਼ਿੰਦਗੀ ਕੱਢ ਦੇਣੀ? ਕੋਈ ਅੰਦਰ ਸੂਰਮਿਆਂ ਵਾਲੀ ਗੱਲ ਨਹੀਂ। ਤੇ ਲੋਕਾਂ ਇੱਕ ਗੱਲ ਕਹੀ ਮਹਾਰਾਜ, ਸਾਡੀ ਹਿੰਮਤ ਹੀ ਨਹੀਂ, ਸਾਡੇ ਲਾਗਿਓਂ ਦੀ ਘੋੜ ਸਵਾਰ ਚੜਿਆ ਲੰਘ ਜਾਏ ਨਾ ਤੇ ਕੋਹਾਂ ਦੂਰ ਹੋ ਜਾਈਦਾ, ਇੰਨਾ ਤਾਂ ਅੰਦਰਲਾ ਜਿਹੜਾ ਉਹ ਮਰਿਆ ਪਿਆ। ਸਾਹਿਬ ਕਹਿੰਦੇ ਜੇ ਇੱਦਾਂ ਹੀ ਲਿਤੜਦੇ ਰਹੇ ਨਾ ਤੇ ਆਉਣ ਵਾਲੀਆਂ ਪੁਸ਼ਤਾਂ ਕਦੇ ਤੁਹਾਨੂੰ ਮਾਫ਼ ਨਹੀਂ ਕਰਨਗੀਆਂ। ਉਸ ਵੇਲੇ ਦਾ ਬੋਲ ਵਿਦਵਾਨਾਂ ਲਿਖਿਆ, ਆਪਣੀ ਹਾਲਤ ਬਿਆਨ ਕਰਦਿਆਂ ਉਹ ਲੋਕ ਕਹਿੰਦੇ ਨੇ, ਤਾਮ ਹਮਾਰਾ ਤੋਲਨ ਤੱਕੜੀ, ਨੰਗੀ ਕਰਦ ਤਬੂ ਨੇ ਪਕੜੀ, ਚਿੜੀ ਉੜੀ ਤੋਂ ਹਮ ਡਰ ਜਾਏ, ਦੁਸ਼ਮਨ ਸੇ ਕੈਸੇ ਲੜ ਪਾਏ। ਮਹਾਰਾਜ ਤੁਸੀਂ ਕਹਿੰਦੇ ਹੋ ਘੋੜ ਸਵਾਰੀਆਂ ਨੇਜ਼ੇਬਾਜ਼ੀ ਤਲਵਾਰਬਾਜ਼ੀ, ਪਾਤਸ਼ਾਹ ਨਹੀਂ, ਇਹ ਬਹੁਤ ਔਖਾ ਹੋ ਜਾਏਗਾ, ਸਾਡੇ ਅੰਦਰ ਇਹ ਹਿੰਮਤ ਹੀ ਨਹੀਂ। ਮਾਲਕ ਨੇ ਐਸੀ ਰੂਹ ਭਰ ਦਿੱਤੀ, ਉਹੀ ਗੁਰੂ ਕੇ ਲਾਲ ਸਵਾ ਸਵਾ ਲੱਖ ਨਾਲ ਟਕਰਾਉਣ ਜੋਗੇ ਹੋ ਗਏ। ਜਿੱਦਣ ਗੁਰੂ ਦਾ ਸਿਧਾਂਤ ਅੰਦਰ ਵਸਿਆ ਉਹ ਲੋਕ ਜਿਨ੍ਹਾਂ ਨੂੰ ਲੋਕ ਵਕਤ ਦੇ ਹਾਕਮ ਲਿਤਾੜਦੇ ਅੱਜ ਘੋੜ ਸਵਾਰੀਆਂ ਕੀਤੀਆਂ, ਸ਼ਸਤਰਧਾਰੀ ਹੋਏ ਔਰ ਪਹਿਲਾ ਜੰਗ ਆਇਆ ਗੁਰਮੁਖੋ ਭੰਗਾਣੀ ਦਾ ਯੁੱਧ, ਸਿਰਫ ਇਹਨੂੰ ਕਦੀ ਆਪਣੇ ਹਿਰਦੇ ਵਸਾਇਓ, ਇਸ ਇਤਿਹਾਸ ਨੂੰ ਕਦੀ ਸੱਚਮੁੱਚ ਪੜ੍ਹਨਾ। ਉਸ ਜੰਗ ਦੇ ਵਿੱਚ ਕੋਈ ਬਹੁਤ ਵੱਡੇ ਸੂਰਮੇ ਨਹੀਂ ਮਹਾਰਾਜ ਕੋਲ, ਕੋਈ ਮੱਝਾਂ ਚਾਰਨ ਵਾਲਾ ਮਾਹੀ, ਕੋਈ ਹਲਵਾਈ,
ਕੋਈ ਕੇਵਲ ਤੇ ਕੇਵਲ ਇੱਕ ਮਹੰਤ ਕਿਰਪਾਲ ਦਾਸ ਵਰਗਾ ਜਿਹੜਾ ਕੁਤਕਾ ਲੈ ਕੇ ਆਉਂਦਾ। ਪਰ ਐਸੇ ਯੁੱਧ ਦੇ ਵਿੱਚ ਜ਼ੋਰ ਦਿਖਾਏ ਸਿੱਖਾਂ, ਬੜੇ ਬੜੇ ਵੱਡੇ ਸੂਰਮੇ ਜਿਹੜੇ ਸਿੱਖਾਂ ਨੇ ਪਲਾਂ ਚ ਟਹਿ ਢੇਰੀ ਕਰ ਦਿੱਤੇ। ਮਹਾਰਾਜ ਕਹਿੰਦੇ ਨੇ ਪਹਿਲੇ ਜੰਗ ਵਿੱਚ ਖੁਸ਼ੀਆਂ ਦੇ ਕੇ ਆਖਿਆ ਪੁੱਤਰੋ ਬਸ ਆਹੀ ਲੋੜ ਆ,